ਜੀ ਜਿਨ੍ਹਾਂ ਦੇ ਆਪਾਂ ਨੂੰ ਬੜੇ ਸਮੇਂ ਤੋਂ ਉਡੀਕ ਕਰ ਰਹੇ ਵੇਟ ਕਰ ਰਹੇ ਹਾਂ ਬੜੇ ਤੁਹਾਡੇ ਧੰਨਵਾਦੀਆਂ ਜੀ ਸੰਗਤਾਂ ਦੇ ਸਾਰੀਆਂ ਦੇ ਪੀਰਾਂ ਫਕੀਰਾਂ ਦੀ ਜਗ੍ਹਾ 'ਤੇ ਅੱਜ ਰੰਗ ਰੰਗ ਤੋਂ ਮੇਲੇ ਦਾ ਆਯੋਜਨ ਹੋਇਆ ਤੁਸੀਂ ਬੜੀ ਗਰਮੀ ਦੇ ਵਿੱਚ ਬੈਠੇ ਹੋ ਉਡੀਕ ਕਰ ਰਹੇ ਹੋ ਵੇਟ ਕਰ ਰਹੇ ਹੋ ਚੁਬਾਲ ਸਾਊਂਡ ਉਹਨਾਂ ਤੋਂ ਵੀ ਜਾਇਜ਼ ਚਾਹੁੰਦੇ ਔਰ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀਆਂ ਸੇਵਾਵਾਂ ਦੇ ਵਿੱਚ ਜਿੰਨਾ ਸਮਾਂ ਤੁਸੀਂ ਸਾਡੇ ਨਾਲ ਐਗਰੀ ਹੋਇਆ ਉਹਨਾਂ ਸਮਾਂ ਤੁਹਾਡੀ ਸੇਵਾ ਹਰ ਗੀਤ ਦੇ ਨਾਲ ਹਰ ਫਰਮਾਇਸ਼ ਦੇ ਨਾਲ ਅਸੀਂ ਪੂਰੀ ਕਰਕੇ ਜਾਵਾਂਗੇ ਤੁਹਾਡੀ ਸੇਵਾ ਦੇ ਵਿੱਚ ਖਾਸ ਕਰਕੇ ਬੜੇ ਧੰਨਵਾਦੀ ਸਾਡੇ ਵੱਡੇ ਵੀਰ ਜੀ ਸੁਖਵੰਤ ਜੀ ਚੇਤਨਪੁਰ ਵਾਲੇ ਸਾਡੇ ਅੰਕਲ ਜੀ ਜਿਹੜੇ ਆਪ ਵੀ ਅਸੀਂ ਆਪਣੇ ਜ਼ਮਾਨੇ ਦੇ ਵਿੱਚ ਸਿੰਗਰ ਰਹੇ ਨੇ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਸੋ ਜਿੱਥੇ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਤਾਂ ਸਾਡੀਆਂ ਸੱਜੇ ਪਾਸੇ ਲੇਡੀਜ਼ ਦੇ ਲਈ ਜਗ੍ਹਾ ਜੀ ਜਿੱਥੇ ਵੈਸੇ ਤੁਹਾਨੂੰ ਕੁਰਸੀਆਂ ਮਿਲਦੀਆਂ ਬੈਠਣ ਦੀ ਖਿੱਚ ਕਰੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡੀ ਸੇਵਾ ਦੇ ਵਿੱਚ ਇੱਕ ਬਹੁਤ ਪਿਆਰੇ ਜੀ ਗੀਤ ਨਾਲ ਤਾਰਬਾ ਗੀਤ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰੀ ਲਵਾਉਣਗੇ ਸੰਜੂ ਸੱਗ ਜੀ ਕੁੱਤਾ ਮਾਰੇ ਪੁੱਤਾਂ ਦੀ ਦੱਤ ਵੱਡੀ
ਤੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ। ਸਕੱਤਰ ਸਾਹਿਬ ਜੀ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਸੱਜਣਾਂ ਨੇ ਹਾਜ਼ਰੀ ਲਵਾਤੀ ਹੈ ਤੁਸੀਂ ਆਪਣੇ, ਮੈਂ ਇੱਕ ਵਾਰੀ ਗੱਲ ਨੋਟ ਕਰਾਈ ਚੱਲੀ ਜੀ, ਠੀਕ ਹੈ ਜੀ। ਸਾਡੀ ਟੀਮ ਤੋਂ ਬਿਨਾਂ ਅਦਰਵਾਈਜ਼ ਕੋਈ ਸਟੇਜ 'ਤੇ ਨਹੀਂ ਹੋਣਾ ਚਾਹੀਦਾ। ਹੱਥ ਜੋੜ ਕੇ ਬੇਨਤੀ, ਤੁਹਾਨੂੰ ਪਹਿਲਾਂ ਵੀ ਅਸੀਂ ਬੇਨਤੀ ਕਰ ਚੁੱਕੇ ਹਾਂ। ਹਾਂਜੀ, ਥੱਲੇ ਸਾਹਮਣੇ ਬੈਠ ਜਾ ਕੇ ਸੁਣੋ ਜੀ, ਬੜੀ ਤੁਹਾਡੀ ਮਿਹਰਬਾਨੀ। ਸਕੱਤਰ ਭਾਅ ਜੀ, ਕਰੋ ਬੇਨਤੀ। ਸੋ ਬੜੇ ਧੰਨਵਾਦੀ ਹਾਂ ਜੀ, ਤੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ। ਸੁਖਵੰਤ ਸਿੰਘ ਸੜੇ ਅੰਕਲ ਜੀ, ਆਪ ਵੀ ਜਿਹੜੇ ਆਪਣੇ ਜ਼ਮਾਨੇ ਦੇ ਵਿੱਚ ਸਿੰਗਰ ਰਹੇ ਨੇ, ਉਹਨਾਂ ਦਾ ਬੜੇ ਧੰਨਵਾਦੀ। ਚੇਤਨਪੁਰ ਵਾਲਿਆਂ ਦੇ ਖੰਡਬਾਜ਼ ਨਹੀਂ ਹੁੰਦੇ ਗੇ ਦੁੱਧ ਮਿੱਠੇ ਘਿਓ ਬਾਜ਼ ਨਾ ਕੁੱਟਦੀਆਂ ਚੋਰੀਆਂ ਨੇ। ਖੰਡਬਾਜ਼ ਨਹੀਂ ਹੁੰਦੇ ਗੇ ਦੁੱਧ ਮਿੱਠੇ ਘਿਓ ਬਾਜ਼ ਨਾ ਕੁੱਟਦੀਆਂ ਚੋਰੀਆਂ ਨੇ। ਮਾਂ ਬਾਜ਼ ਨਹੀਂ ਲਾ ਲੜਾਏ ਜਾਂਦੇ ਪਿਓ ਬਾਜ਼ ਨਾ ਪੈਂਦੀਆਂ ਚੋਰੀਆਂ ਨੇ। ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇ। ਪ੍ਰਬੰਧਕ ਵੀਰਾਂ ਦੇ ਬੜੇ ਧੰਨਵਾਦੀ ਜੀ, ਜਿਨ੍ਹਾਂ ਨੇ ਉਦਮ ਕੀਤਾ, ਉਪਰਾਲਾ ਕੀਤਾ, ਮਿਹਨਤ ਕੀਤੀ ਹੈ, ਕਿਉਂਕਿ ਮਿਹਨਤਾਂ ਦੇ ਸਦਕਾ ਹੀ ਮੇਲਿਆਂ ਨੂੰ ਰੰਗ ਲੱਗਦੇ ਨੇ, ਰੰਗ ਚੜ੍ਹਦੇ ਨੇ, ਕਿਉਂਕਿ ਮਿਹਨਤਾਂ ਦੇ ਵਿੱਚ ਬੜੀਆਂ ਰੁਕਾਵਟਾਂ ਵੀ ਪੈ ਜਾਂਦੀਆਂ, ਪਰ ਧੰਨ ਇਹ ਹੈ ਪ੍ਰਬੰਧਕ ਵੀਰ ਜਿਹੜੇ ਇਹਨਾਂ ਮਤਲਬ ਇਸ ਉਸ ਸਮੇਂ ਦੇ ਵਿੱਚ ਗੁਜ਼ਰਦੇ ਹੈ, ਔਰ ਜਿਹੜਾ ਪੈਸਾ ਪੈਸਾ ਇਕੱਠਾ ਕਰਕੇ ਮੇਲੇ ਮਨਾਏ ਜਾਂਦੇ। ਕਿਸੇ ਬੰਦੇ ਦੇ ਵੱਸ ਦਾ ਰੋਗ ਨਹੀਂ ਹੁੰਦਾ ਇਕੱਲੇ ਦੇ ਪਣਾ, ਕਿਸੇ ਕੋਲ ਕਰੋੜਾਂ ਰੁਪਇਆ ਪਿਆ ਤਾਂ ਵੀ ਨਹੀਂ ਮਨਾ ਸਕਦੇ। ਹਾਂਜੀ, ਦੇਵੀ ਸਾਊਂਡ ਝਬਾਲ ਤੋਂ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਕਰਦੇ ਹਾਂ, ਬੜੀ ਤੁਹਾਡੀ ਮਿਹਰਬਾਨੀ ਹੈ ਜੀ, ਜ਼ਿਆਦਾ ਸਮਾਂ ਨਾ ਲੈਂਦੇ ਤੁਹਾਡੀ ਸੇਵਾ ਦੇ ਵਿੱਚ ਜਿਹੜੀ ਤੁਸੀਂ ਵੇਟ ਕੀਤੀ ਹੈ। ਉਡੀਕ ਹੈਲੋ 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 ਥੋੜ੍ਹੀ ਸੋ ਵੈਸੇ ਤਾਂ ਵੇਟ ਕਰਨੀ ਜਿਹੜੀ ਬਹੁਤ ਔਖੀ ਹੈ, ਪਰ ਫਿਰ ਵੀ ਜਮ੍ਹਾਂ ਸਮਾਂ ਤੁਹਾਡੇ ਨਾਲ ਐਗਰੀ ਹੋਇਆ, ਪ੍ਰਬੰਧਕ ਵੀਰ ਬੈਠੇ ਉਹਨਾਂ ਦਾ ਬੜੇ ਧੰਨਵਾਦੀ ਆ ਜੀ। ਸੋ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ, ਬਾਬਾ ਜੀ ਦੇ ਦਰਬਾਰ 'ਤੇ ਪਾਏ ਹੈ, ਇੱਕ ਸਾਰਿਆਂ ਨੂੰ ਬੇਨਤੀ ਵੀ ਇੱਕ ਦਿਲੋਂ ਤਾੜੀ ਲਾ ਕੇ ਵਿਖਾ ਦਿਓ। ਸੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੈ ਮੇਰੀ ਜਨਾਬ ਮਰਾਦ ਪੰਜਾਬੀ ਲੋਕ ਹੈ, ਜਨਾਬ ਲਾਭ ਕਿਰਸ਼ ਸਤਿਕਾਰਯੋਗ ਪਰਮਸ ਸਤਿਕਾਰਯੋਗ ਆਦਰਯੋਗ ਸਾਰੀ ਸਾਧ ਸੰਗਤ ਜੀ, ਅੱਜ ਦੇ ਇਸ ਵਿਸ਼ੇਸ਼ ਪਵਿੱਤਰ ਦਿਨ 'ਤੇ ਇਕੱਤਰ ਆਪ ਸਭ ਆਏ ਹੋ, ਉਹਨਾਂ ਦੀ ਰਹਿਮਤ ਨਾਲ ਧੰਨ ਧੰਨ ਪੀਰ ਬਾਬਾ ਮੋਹਨ ਸ਼ਾਹ ਜੀ, ਉਹਨਾਂ ਦੀ ਕਿਰਪਾ ਦੇ ਨਾਲ ਇਹ ਸਾਰੀ ਸੰਗਤ ਇੱਕਜੁੱਟ ਹੋਈ ਹੈ। ਅੱਜ ਇਸ ਪਵਿੱਤਰ ਦਿਹਾੜੇ ਦਾ ਅਸੀਂ ਆਨੰਦ ਲੈ ਰਹੇ ਹਾਂ, ਉਹ ਖੁਸ਼ੀਆਂ ਮਾਣ ਰਹੇ ਹਾਂ। ਉਹਨਾਂ ਦੀ ਰਹਿਮਤ ਮੁਤਾਬਕ ਇੱਕ ਜ਼ਰੂਰ ਬੇਨਤੀ ਕਰੂੰਗਾ, ਸਭ ਤੋਂ ਪਹਿਲਾਂ ਆਪਾਂ ਉਹ ਗੂੰਜ ਨਾਲ ਸਾਂਝੇ ਹੋਈਏ, ਬੋਲ ਸੱਚੇ ਦਰਬਾਰ ਕੀ ਜੈ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਉਸ ਤੋਂ ਉਪਰੰਤ ਇਖਲਾਕੀ ਤੌਰ 'ਤੇ ਜੋ ਆਪਣਾ ਸਭਨਾਂ ਦਾ ਫਰਜ਼ ਬਣਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ, ਸਭ ਨੂੰ ਜੀ ਆਇਆ। ਸੈਕਟਰੀ ਸਾਹਿਬ ਉੱਧਰ ਗੱਲ ਸੁਣੋ, ਪ੍ਰਧਾਨ ਸਾਹਿਬ, ਮਾਣਯੋਗ ਸਰਦਾਰ ਸਕੱਤਰ ਸਿੰਘ ਜੀ, ਮਾਨਯੋਗ ਦਲਜੀਤ ਸਿੰਘ ਜੀ, ਹੈਪੀ ਹਵੇਲੀਆਂ ਕਾਬਲ ਸਿੰਘ ਜੀ, ਬੱਬੂ ਚੱਕਵਾਲਾ ਜੀ, ਸੰਦੀਪ ਧੋਲੀ ਜੀ। ਅੱਛਾ, ਵੈਸੇ ਤਾਂ ਮੈਂ ਇੱਕ ਬੇਨਤੀ ਕਰਦੇ ਹਾਂ, ਸਾਰੇ ਸਤਿਕਾਰਯੋਗ ਸੱਜਣ ਬੈਠੇ ਆ ਜਿਹਨਾਂ ਦੇ ਮੈਂ ਦਰਸ਼ਨ ਕਰ ਰਹੇ ਹਾਂ, ਫਿਰ ਵੀ ਕਮੇਟੀ ਜਾਂ ਕਲੱਬ ਦੇ ਮੁਤਾਬਿਕ ਨਾਮ ਲਿਖਾਏ ਹੁੰਦੇ ਆ ਉਹ ਮੈਂ ਅਰਜ਼ ਕਰ ਰਿਹਾ। ਸੁਖਵੰਤ ਚੇਤਨਪੁਰੀ ਸਾਹਿਬ, ਬਲਦੇਵ ਸਿੰਘ ਜੀ ਬੱਬੂ ਚੇਤਨਪੁਰ, ਪ੍ਰਤਾਪ ਸਿੰਘ ਜੀ ਇੰਸਪੈਕਟਰ ਸਾਹਿਬ, ਕੇਵਲ ਕਨੇਲ ਜੀ, ਇਹ ਵਿਸ਼ੇਸ਼ ਨਾਮ ਆਏ ਹੈ। ਦੇਵੀ ਸਾਊਂਡ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਸਾਡੀ ਆਪਣੀ ਵੀ ਹੁੰਦੀ ਹੈ, ਆਪਣੀ ਹੀ ਹੈ। ਦੇਵੀ ਸਾਊਂਡ ਝਬਾਲ ਦਾ ਤੈਅ ਦਿਲੋਂ ਧੰਨਵਾਦ ਕਰਦਾ। ਜੇ ਕੋਈ ਪੱਤਰਕਾਰ ਸੱਜਣ ਇੱਥੇ ਵਿਰਾਜਮਾਨ ਨੇ, ਮੀਡੀਆ ਪਰਿਵਾਰ ਤੋਂ, ਪ੍ਰੈਸ ਤੋਂ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਮੂਵੀ ਮੇਕਰ ਵੀਰ, ਗ੍ਰਾਫਰ ਵੀਰ ਸਰ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਬਹੁਤ ਬਹੁਤ ਮਿਹਰਬਾਨੀ। ਬਸ ਜੇ ਇੱਕ ਅੱਧੇ ਮਿੰਟ ਦੀ ਗੱਲ ਹੁੰਦੀ ਹੈ,
ਇੰਨਾ ਕੁ ਬਰਦਾਸ਼ਤ ਜ਼ਰੂਰ ਕਰਿਆ ਕਰੋ। ਕਮੇਟੀ ਵੀ ਗੁੱਸਾ ਕਰਦੀ ਹੈ ਵੀ ਸਾਡੇ ਬਾਰੇ ਕੁਛ ਨਹੀਂ ਬੋਲਿਆ, ਸਮੂਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ, ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਲਓ ਸੱਜਣੋ ਕਲਾਕਾਰ ਭਰਾ ਬੈਠੇ ਆ ਸਟੇਜ 'ਤੇ, ਉਹਨਾਂ ਦਾ ਵੀ ਮੈਂ ਸਵਾਗਤ ਕਰਦਾ, ਬਹੁਤ ਬਹੁਤ ਸ਼ੁਕਰੀਆ। ਨਾਮ ਮੈਂ ਬਾਅਦ 'ਚੋਂ ਅਨਾਊਂਸ ਕਰ ਦੂੰਗਾ। ਸਾਥੀ ਕਲਾਕਾਰ ਤੋਂ ਸੁਣਿਆ ਤੁਸੀਂ, ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਸਮੁੱਚੇ ਸਮਾਜ ਦੀ ਮੰਗ ਹੈ, ਅੱਜ ਦੀ ਨਹੀਂ ਮੁੱਦਤਾਂ ਤੋਂ ਹੈ, ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਇੱਕ ਅਰਜ਼ ਜ਼ਰੂਰ ਬੇਨਤੀ ਕਰੂੰਗਾ, ਧੀਆਂ ਦੇ ਨਾਂ ਦੀ ਕਤਾੜੀ ਮਾਰੋ ਜੀ, ਬੜੀ ਮਿਹਰਬਾਨੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਮੈਂ ਤੁਹਾਡੀ ਸੇਵਾ 'ਚ ਜੋ ਅੱਜ ਤੱਕ ਤੁਸੀਂ ਮੈਨੂੰ ਸੁਣਿਆ, ਮਾਣਿਆ, ਪ੍ਰਵਾਨ ਕੀਤਾ, ਬਰਦਾਸ਼ਤ ਕੀਤਾ, ਥੈਂਕ ਯੂ, ਬੜੀ ਮਿਹਰਬਾਨੀ। ਗੀਤ, ਗਾਣੇ, ਲੋਕ ਤੱਥ ਔਰ ਦੁਗਾਣੇ ਤੁਹਾਡੀ ਸੇਵਾ 'ਚ ਹਾਜ਼ਰ ਕਰੂੰਗਾ, ਦੁਗਾਣੇ ਥੋੜ੍ਹੇ ਵੈਸੇ ਨੇ, ਪਤਾ ਹੀ ਹੈ ਮੇਰੇ ਸਰੋਤਿਆਂ ਨੂੰ, ਦੁਗਾਣੇ ਦੇ ਵਿੱਚ ਮੇਰਾ ਸਾਥ ਦੇਣਗੇ ਬੀਬਾ ਕਿਰਨ। ਅਰਜ਼ ਕਰਿਆ ਸਭ ਤੋਂ ਪਹਿਲਾਂ ਪੀਰਾਂ ਦੀ ਬੰਦਗੀ, ਉਸ ਤੋਂ ਬਾਅਦ ਜੋ ਆਪ ਸਭ ਦਾ ਸੰਗਤ ਦਾ ਹੁਕਮ ਹੋਏਗਾ। ਸੋ ਥੈਂਕਸ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਭ ਦਾ ਸਵਾਗਤ, ਬਹੁਤ ਬਹੁਤ ਮਿਹਰਬਾਨੀ ਜੀ।
बर्दाश्त करना बहुत औखा होता है लोग तत्था फिर भी मेरी शौक है मेरा मुंड तो तकरीबन 1994 तक बड़ी मेहरबानी होगी तो मैं लोग तत्व पेश करता रहा थोड़ी सेवा बड़ी मेहरबानी सुनना असली यार गदा असली यार गदा निकल जाए जिसे कुछ याद होंगे दस रहा जरा मेरे वर्ग फसते खड़ा रहा सुनना तेरा मेरे और बीबा के बोल है दिन भी नहीं याद उधरों साल भी नहीं याद सुनना तेरा की बोल है बाबा जी का कदों मेला कदों माता का मेला कदों लड्डू है कदों पतासिया कदों गुंगले कदों पूड़े कदों थे बंदा बंदे नहीं इन्ना कुछ याद होंगे बंदे ने बहुत देर पूछ के देख लो अपना जन्मदिन का
कि ब्याह दा दिन नहीं याद होंदा वी कड़े दिन लेके आया सी छोटी मम्मी नू चल कोई नहीं उदो तो मुछ उंज फुट गई सी ते हुण देख कर रखे ना तेरे नाल दा मुंह ये तेरे फिक्र च होया पटोलिया ये पुन नहीं हो गया है चल कोई नहीं उदो तो उंज फुट गई सी हुण हुण देख देख ला ਹੁਣ ਤਾਂ ਜਮੀ ਲੋ ਆਈ ਫਿਰਦਾ ਤਾਂ ਵੀ ਤਰਸ ਨਹੀਂ ਆਉਂਦਾ ਤੈਨੂੰ ਦਿਨ ਵੀ ਨਹੀਂ ਯਾਦ ਤੇ ਮਹੀਨਾ ਵੀ ਨਹੀਂ ਕਿਤੇ ਹੋਏ 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 ਕੱਲੇ ਮੋਦੀ ਸਾਹਿਬ ਨੇ ਠੇਕਾ ਲੈ ਲਿਆ ਹੋਇਆ ਮਨ ਦੀ ਗੱਲ ਕਹਿਣ ਦਾ ਮੈਂ ਵੀ ਕਹਿ ਸਕਦਾ ਮੈਂ ਭਾਰਤ ਦਾ ਨਾਗਰਿਕ ਮਨ ਕੀ ਬਾਤ ਇਹ ਹੈ ਦੀਦਾ ਇਹ ਹੈ ਕਿ ਤੂੰ ਤਾਂ ਕਹਿੰਦਾ ਵੀ ਸਾਡੇ ਦਰਵਾਜ਼ੇ ਖੁੱਲੇ ਰਹਿੰਦੇ ਮੈਂ ਕੀ ਕਰਾਂ ਮੈਂ ਤਾਂ ਕਿਸੇ ਦੀ ਕਵੇਲੇ ਗੱਲ ਸੁਣ ਬੈਠਾ ਤੁਸੀਂ ਨਹੀਂ ਸੁਣੀ ਬਈ ਲੱਤਾਂ ਭਾਰ ਨਹੀਂ ਚੱਲਦੀਆਂ ਜਦ ਵਿਪਤਾ ਪੈਂਦੀ ਹਲੇ ਪਰਸੋਂ ਚੌਥੇ ਮੇਰੇ ਨਾਲ ਹੋ ਕੇ ਹੱਟੀ ਹੈ ਗੱਲ ਤੁਹਾਡੀ ਗਲੀ ਜਦੋਂ ਮੈਂ ਮੁੜ ਲੱਗਿਆ ਨਾ ਇੱਕ ਬਜ਼ੁਰਗ ਬੈਠਾ ਸਾਹਮਣੇ ਮੋੜ ਤੇ ਕਹਿੰਦਾ ਇੱਧਰ ਆ ਕਿੱਧਰ ਜਾਣਾ ਹੁੰਦਾ ਰੋਲ ਤੂੰ ਮੈਂ ਡਰ ਗਿਆ ਮਾਂ ਬਾਬਾ ਜੀ ਕੀ ਗੱਲ ਹੋ ਗਈ ਕਹਿੰਦਾ ਤੂੰ ਪੰਜਵੇਂ ਵੀ ਮੈਂ ਦੇਖਿਆ ਚੌਥੇ ਵੀ ਦੇਖਿਆ ਪਰਸੋਂ ਵੀ ਦੇਖਿਆ ਕੱਲ੍ਹ ਵੀ ਦੇਖਿਆ ਅੱਜ ਫਿਰ ਆ ਗਿਆ ਮਾਂ ਬਾਬਾ ਜੀ ਫਿਰ ਇੱਧਰ ਪਿੰਡ ਆਪਣਾ ਆ ਜਾ ਸਕਦੇ ਆ ਕਹਿੰਦਾ ਇਸ ਤਰ੍ਹਾਂ ਨਹੀਂ ਆਉਂਦੇ ਤੇਰੇ ਵਾਂਗੂ ਜਿਵੇਂ ਤੂੰ ਆਉਣਾ ਰੋ ਤਾਂ ਵੀ ਕੀ ਕਹਿੰਦਾ ਵਿੱਚੋਂ ਮਾਂ ਬਾਬਾ ਜੀ ਵੈਸੇ ਕੁਛ ਵੈਸੇ ਵੀ ਆਇਆ ਸੀ ਕਿਹੜਾ ਵੈਸੇ ਕੁਛ ਨਹੀਂ ਕਹਿੰਦਾ ਕੀ ਲੈਣਾ ਆਇਆ ਸੀ ਮਾਂ ਬਾਬਾ ਜੀ ਕੱਲ੍ਹ ਮੈਂ ਸ਼ਾਮ ਨੂੰ ਮੇਰੇ ਮੋਬਾਈਲ ਦਾ ਨਾ ਚਾਰਜਰ ਭੁੱਲਿਆ ਸੀ ਮੇਰੇ ਦੋਸਤ ਕੋਲੇ ਉਹ ਲੈਣ ਚੱਲੇ ਕਹਿੰਦਾ ਕੋਈ ਨਹੀਂ ਪੁੱਤ ਕੋਈ ਨਹੀਂ ਤੈਨੂੰ ਦੇਣਗੇ ਵੱਡੀ ਬੈਟਰੀ ਕਰੀ ਆਲੀ ਮੈਂ ਫਿਰ ਕਨਫਿਊਜ਼ ਮਾਂ ਕੀ ਗੱਲ ਹੋ ਗਈ ਬਾਬਾ ਕਹਿੰਦਾ ਗੱਲ ਸੁਣ ਨੇੜੇ ਆ ਕਿਤੇ ਮਿਰਜ਼ਾ ਤੇ ਸਾਹਿਬਾਂ ਦੀ ਕਹਾਣੀ ਸੁਣੀ ਹੈ ਮਾਂ ਬਾਬਾ ਜੀ ਥੋੜ੍ਹੀ ਥੋੜ੍ਹੀ ਸੁਣੀ ਹੈ ਕਹਿੰਦਾ ਉਹ ਵੀ ਪੁੱਤਰਾ ਤੈਨੂੰ ਸੁਣਾਉਣ ਵਾਲੇ ਨੇ ਪੂਰੀ ਕਦੇ ਅੰਗੇ ਫਿਰ ਨਾ ਮੈਂ ਸਮਝਿਆ ਗੱਲ ਨੂੰ ਇਹ ਤਾਂ ਡਾਂਗਾਂ ਦੇ ਗੱਜ ਬਣੇ ਪਏ ਨੇ ਬਸ ਮਨਾਂ ਤੂੰ ਨਹੀਂ ਸਮਝ ਰਿਹਾ ਚਲੋ ਕਰਦੇ ਕਰਾਉਂਦੇ ਕਹਿੰਦਾ ਪੁੱਤਰਾ ਇਹ ਜਿਹੜੀ ਕੋਖਲੀ ਕੋਖਲੀ ਤੂੰ ਕਰਦਾ ਫਿਰਦੇ ਨਾ ਸਾਡੇ ਨੌਹਾਂ 'ਚ ਪਈਆਂ ਇਹ ਗੱਲ ਤੈਨੂੰ ਤਾਂ ਇਹ ਹੋਣਾ ਵੀ ਤੈਨੂੰ ਤਾਂ ਕੋਈ ਦੇਖਦਾ ਨਹੀਂ ਤੈਨੂੰ ਸਾਰੀ ਦੁਨੀਆ ਦੇਖ ਰਹੀ ਜਵਾਨੀ ਇਹ ਨਹੀਂ ਹੁੰਦੀ ਮੈਂ ਮੰਨ ਲੈ ਜਿਹੜੇ ਸੱਜਣਾਂ ਦੇ ਮਾਣ ਭਰੋਸੇ ਤੂੰ ਉੱਡਿਆ ਫਿਰਦੇ ਨਾ ਫੁੱਲਿਆ ਫਿਰਦੇ ਕਹਿੰਦਾ ਇਹ ਖੜੇ ਮੁੱਕਰ ਜਾਂਦੇ ਆ
ਮੈਂ ਹੈ ਬਾਬਾ ਕਹਿੰਦਾ ਹਾਂ ਪੁੱਤ ਖੜੇ ਮੁੱਕ ਕਰ ਲਿਆ ਉਹਦੀ ਗੱਲ ਸੁਣੀ ਫਿਰੀ ਕਾਰਗੇ ਤਾਰ ਤੇ ਭੱਜਿਆ ਤੇਰੇ ਕੋਲ ਆ ਮਾਂ ਕਰੇ ਵੀ ਤੂੰ ਵੀ ਇੰਜ ਕਰੇ ਤੂੰ ਵੀ ਕਹਿ ਦੇਂਗੀ ਮੈਨੂੰ ਪੱਕਾ ਭਰੋਸਾ ਕਹਿ ਦੇਂਗੀ ਵੀ ਇਹਦੇ ਤਿੰਨ ਮਾਰੋ ਜੱਬ ਆ ਤੇ ਮੈਂ ਤਾਂ ਇਹਨੂੰ ਜਾਣਦੀ ਨਹੀਂ ਰੰਗ ਵਿੱਚ ਫੰਗਤਾ ਦੇਵੇ ਇਸ ਸਮਾਜ ਨੂੰ।